Welcome back to the Big Bite. Now, guys, you have to admit that was an easy recipe to do, right? You can treat your woman to that. Shay, I might even cook for you. Did you just say you're going to cook? I might be cooking for you. I'm going to hold on to that because you know what? He never cooks, basically. So the fact that he said that is like really big news here on the Big Bite. But next, let's get into our celebrity of the week. Hi guys, today on our celebrity guest interview here on BritAsia TV, we're very delighted to say that I have the legendary, the one and only King of Punjab, Gurdas Maan ji. Gurdas Maan ji, sat sri akaal. Pehla ta main tuhanu itthe di amur mithi tuhanu dena chahundi haan, sweets from the UK. Kya baat hai, kuch meetha ho jaye. Haan ji, zarur kuch meetha shuru karna chahiye. Thank you, bahut bahut meherbani. Is mithas layi aur is pyar satkar layi bahut bahut shukran tuhanu. Gurdas Mann ji, 2 years ho gaye tuhanu UK de aaye. 2 years lang gaye pata nahi lagge. Lekin sanu te idda lagya, assi ehi sochde si itthe baithe ki tusi sanu bhul gaye haan shayad. 2 years baad tusi aaye haan, tuhade fans bahut khush ne. Sanu masti de tour bare dasso. You're doing 7 cities, ek maan. Tell us about the tour. Mainu bahut acha lagda hai kyunki jadon vi show itthe UK de vich hunde hai, assi mera khayal hai 1982 ਦੇ ਵਿੱਚ ਫਸਟ ਟਾਈਮ ਜੀ ਯੂਕੇ ਦੇ ਵਿੱਚ ਆਏ ਸੀ ਔਰ ਉਹ ਦੌਰ ਉਸ ਵੇਲੇ ਦਾ ਇਸ ਤਰ੍ਹਾਂ ਦਾ ਸੀਗਾ ਕਿ ਸਾਨੂੰ ਜਿਹੜਾ ਸਾਊਂਡ ਸਿਸਟਮ ਸੀ ਜੀ ਉਹ ਸਾਨੂੰ ਖੁਦ ਹੀ ਗੱਡੀ ਦੇ ਵਿੱਚੋਂ ਸਟੇਜ ਤੇ ਲਿਜਾਣਾ ਪੈਂਦਾ ਸੀ ਹਾਂਜੀ ਔਰ ਉਸ ਵੇਲੇ ਇੰਨੇ ਛੋਟੇ ਛੋਟੇ ਉਸ ਵੇਲੇ ਦੇ ਪ੍ਰੋਮੋਟਰ ਸ਼ਾਇਦ ਉਹਨਾਂ ਨੂੰ ਕਿਸੇ ਨੂੰ ਹਜੇ ਤੱਕ ਗੱਲ ਪਤਾ ਨਹੀਂ ਸੀ ਕਿ ਗੁਰਦਾਸ ਮਾਨ ਸਿਰਫ ਪਹਿਲਾਂ ਦਿਲ ਦਾ ਮਾਮਲਾ ਵਗੈਰਾ ਸੁਣੇ ਸੀਗੇ ਲੋਕਾਂ ਨੇ ਇਹ ਇੰਨੇ ਸੀਗੇ ਪਰ ਉਹਨੂੰ ਕਿਵੇਂ ਪ੍ਰਮੋਟ ਕਰਨਾ ਹੈ ਉਸਨੂੰ ਕਿਸ ਤਰ੍ਹਾਂ ਪ੍ਰਮੋਸ਼ਨ ਦੇਣੀ ਹੈ ਆਰਟਿਸਟ ਨੂੰ ਉਹ ਉਸ ਗੱਲ 'ਤੇ ਨਹੀਂ ਮੈਂ ਗੌਰ ਕੀਤੀ ਸੀ ਜੀ ਮੈਂ ਅਸ਼ੋਕ ਜੀ ਦਾ ਬਹੁਤ ਮੈਂ ਰਿਗਾਰਡਸ ਕਰਦਾ ਇਸ ਕਰਕੇ ਕਿਉਂਕਿ ਇੰਨੀ ਮਿਹਨਤ ਕਰਕੇ ਇੰਨੀ ਮਿਹਨਤ ਕਰਕੇ ਤਾਂ ਕਿ ਉਹਨਾਂ ਨੂੰ ਲੋਕਾਂ ਤੱਕ ਪਹੁੰਚਣਾ ਮੀਡੀਆ ਦੇ ਜ਼ਰੀਏ ਜਿਹੜੀ ਹੈ ਕਾਨਫਰੰਸ ਜਿਹੜੀ ਹੁੰਦੀ ਹੈ ਇਹਦੇ ਨਾਲ ਲੋਕਾਂ ਤੱਕ ਜੁੜਦੇ ਹਾਂ ਅਸੀਂ ਜਾ ਕੇ ਜੀ ਹਾਂਜੀ ਸੋ ਮੇਰਾ ਖਿਆਲ ਹੈ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਔਰ ਮੈਨੂੰ ਬਹੁਤ ਮਾਣ ਹੈ ਇਸ ਗੱਲ ਦਾ ਕਿ ਮੈਨੂੰ 7 shows ਕੀ ਇੱਥੇ ਉਹ ਛੋਟੇ ਛੋਟੇ ਹਾਲਾਂ ਦੇ ਵਿੱਚ ਵੀ ਅਸੀਂ ਸ਼ੋਅ ਕੀਤੇ ਸੀ ਪਰ ਹੁਣ ਜਿਹੜੇ ਸ਼ੋਅਜ਼ ਹੁੰਦੇ ਆ ਉਹ ਖੂਬਸੂਰਤ ਹਾਲਸ ਦੇ ਵਿੱਚ ਹੁੰਦੇ ਆ ਖੂਬਸੂਰਤ ਸਾਊਂਡ ਸਿਸਟਮ ਦੇ ਨਾਲ ਔਰ ਖੂਬਸੂਰਤ ਲਾਈਟਿੰਗ ਦੇ ਨਾਲ ਔਰ ਪਿੱਛੇ ਪ੍ਰੈਜੈਂਟੇਸ਼ਨ ਜਿਹੜੀ ਹੁੰਦੀ ਹੈ ਉਸ ਦੇ ਨਾਲ ਪ੍ਰੋਗਰਾਮ ਹੁੰਦੇ ਆ ਇਸ ਕਰਕੇ ਬੜਾ ਪ੍ਰਾਊਡ ਫੀਲ ਕਰੀਦਾ ਕਿ ਅਸੀਂ ਉਸ ਜਿਸ ਮੁਕਾਮ ਤੋਂ ਅਸੀਂ ਸ਼ੁਰੂ ਹੋਏ ਸੀ ਜਿਸ ਡੰਡੀ ਤੋਂ ਅਸੀਂ ਸ਼ੁਰੂ ਹੋਏ ਸੀ ਉਹ ਹੁਣ ਰਨਵੇ ਬਣ ਗਿਆ ਬਹੁਤ ਵੱਡਾ ਅਸੀਂ ਇੱਥੇ ਬੈਠੇ ਹੁਣ ਜਿਵੇਂ ਕਿ ਮੈਂ ਇਸ ਕੰਟਰੀ ਦੇ ਵਿੱਚ ਪੈਦਾ ਹੋਈ ਹਾਂ ਲੇਕਿਨ ਅਸੀਂ ਤੁਹਾਡੇ ਗਾਣੇ ਸੁਣ ਕੇ ਪੰਜਾਬ ਦਾ ਸਿੱਖਿਆ ਪੰਜਾਬ ਤੁਹਾਡੇ ਨਾਲ ਉਹ ਵੈਸੇ ਕਹਿ ਸਕਦੇ ਸੁਣਿਆ ਮੇਰਾ ਸਭ ਤੋਂ ਮਨਪਸੰਦ ਗਾਣਾ ਹੈਗਾ ਆਪਣਾ ਪੰਜਾਬ ਹੋਵੇ ਸਾਡੇ ਹਸਬੈਂਡ ਦਾ ਸਭ ਤੋਂ ਤੁਹਾਡਾ ਫੇਵਰੇਟ ਗਾਣਾ ਹੈਗਾ ਛੱਲਾ ਤੁਸੀਂ ਜਿਹੜੇ ਵੀ ਲਿਖੇ ਹੋਏ ਨੇ ਜੇ ਤੁਸੀਂ ਹੁਣ ਅੱਜ ਇੱਥੇ ਬੈਠੇ ਸੋਚੋ ਤੁਹਾਡੇ ਦਿਲ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਕਿਹੜਾ ਇੱਕ ਗਾਣਾ ਹੈ ਜਿਹੜਾ ਕਿ ਤੁਹਾਡੇ ਰੋਜ਼ ਰਹਿੰਦਾ ਹੈ ਇੱਕ ਨਾ ਇੱਕ ਗਾਣਾ ਹੋਊਗਾ ਆਫ ਆਲ ਆਫ ਦੀਜ਼ ਈਅਰਸ ਜਿਹੜੇ ਕਿ ਤੁਹਾਡੇ ਦਿਲ ਔਰ ਮਨ ਦੇ ਵਿੱਚ ਹੈ ਮੇਰੇ ਦਿਲ ਦੇ ਔਰ ਮਨ ਦੇ ਵਿੱਚ ਰਹਿੰਦਾ ਹੈ ਹਮੇਸ਼ਾ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਫਿਰ ਵੀ ਪਤਾ ਨਹੀਂ ਕਾਤੋਂ ਮੋਹ ਜਿਹਾ ਆਈ ਜਾਂਦਾ ਭਾਵੇਂ ਸਾਡੇ ਸੜ ਗਏ ਨੇ ਪੈ ਭਾਵੇਂ ਸਾਡੇ ਪੁੱਜ ਗਏ ਨੇ ਪੈ ਸੱਚੀਏ ਸਹੇਲੀਏ ਨੀ ਗੁਰਾਂ ਦੀ ਚੇਲੀਏ ਸੱਚੀਏ ਸਹੇਲੀਏ ਨੀ ਗੁਰਾਂ ਦੀ ਚੇਲੀਏ ਦੱਸ ਕਿਉਂ ਨਹੀਂ ਜਾਂਦੀ ਸਾਡੀ ਚੀਸ ਦੱਸ ਕਿਉਂ ਨਹੀਂ ਜਾਂਦੀ ਸਾਡੀ ਚੀਸ ਮਿੱਤਰਾਂ ਦੇ ਮੋਦੀਆਂ ਸੁਰਮ ਸਲਾਈਆਂ ਅਸੀਂ ਨੈਣਾਂ ਵਿੱਚ ਪਾਈਆਂ ਪੀਸ ਪੀਸ ਫੇਰ ਵੀ ਨਾ ਜਾਂਦੀ ਸਾਡੀ ਚੀਸ ਸਖੀਏ ਸਹੇਲੀਏ ਮੈਨੂੰ
ਬਹੁਤ ਖੁਸ਼ੀਆਂ ਐਂਡ ਕਿੰਨੀ ਲੱਕੀ ਆ ਇੱਥੇ ਬਹਿ ਕੇ ਤੁਹਾਨੂੰ ਇਹ ਦੱਸੂੰਗੀ। ਤੁਹਾਡੇ ਸ਼ਹਿਰ ਦੇ ਵਿੱਚ ਆ ਕੇ ਪਤਾ ਕੀ ਲੱਗਦਾ ਜੀ? ਸਜਣਾ ਵੇ ਸਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਠੰਡੀ ਲੱਗਦੀ ਸੀ। ਠੰਡ ਤੇ ਸਾਰੇ ਨੇ ਸਾਨੂੰ ਫੇਰ ਪਤਾ ਨਹੀਂ ਕਾਹ ਤੋਂ ਬੋਝ ਇਹ ਆਈ ਜਾਂਦਾ ਭਾਵੇਂ ਸਾਡੇ ਠਰ ਗਏ ਨੇ ਪੈਰ। ਜੀ ਹਾਂਜੀ ਉਹ ਤਾਂ ਹੈ, ਮੇਰੇ ਵੀ ਬਹੁਤ ਠਰਦੇ ਨੇ। ਗੁਰਦਾਸ ਮਾਨ ਜੀ ਤੁਸੀਂ ਬਹੁਤ ਲੋਕਾਂ ਨਾਲ ਕੰਮ ਕੀਤਾ ਹੋਇਆ, ਇੱਥੇ ਦੇ ਇੱਕ ਬਹੁਤ ਮਸ਼ਹੂਰ ਪ੍ਰੋਡਿਊਸਰ ਹੈ ਸੁਖਸ਼ਿੰਦਰ ਸ਼ਿੰਦਾ, ਉਹਨਾਂ ਨਾਲ ਤੁਸੀਂ ਕਿੰਨੇ ਸਾਲ ਪਹਿਲਾਂ ਕੋਲੈਬੋਰੇਸ਼ਨ ਕੀਤੀ ਸੀ? ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀਗੀ ਕਿ ਹੁਣ 2015 ਦੇ ਵਿੱਚ ਕੋਈ ਇੱਦਾਂ ਦਾ ਆਰਟਿਸਟ ਹੈਗਾ UK ਦੇ ਵਿੱਚ ਜਿਹੜੇ ਕਿ ਤੁਸੀਂ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਹੋਗੇ? ਮੇਰੇ ਹਮੇਸ਼ਾ ਖੁੱਲ੍ਹਾ ਸੱਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਕਿ ਕੋਈ ਵੀ ਕੋਈ ਅੱਛਾ ਕੋਈ ਕਰਨਾ ਚਾਹੁੰਦਾ ਹੈ, ਕੋਈ ਕੁਛ ਅੱਛਾ ਪ੍ਰੋਜੈਕਟ ਲੈ ਕੇ ਆਉਂਦਾ ਹੈ, ਸਬਜੈਕਟ ਲੈ ਕੇ ਆਉਂਦਾ, ਮੇਰੇ ਹਮੇਸ਼ਾ ਖਵਾਹਿਸ਼ ਰਹਿੰਦੀ ਹੈ ਕਿ ਮੈਂ ਕੁਛ ਨਵਾਂ ਕਰ ਸਕਾਂ। ਔਰ ਨਵੇਂ ਯੂਥ ਦੇ ਨਾਲ ਜਿਹੜੀ ਗੱਲ ਜਿਹੜੀ ਹੁੰਦੀ ਹੈ ਇੱਕ ਨਵੀਂ ਹੁੰਦੀ ਹੈ, ਉਹ ਨਵੀਂ ਤਰ੍ਹਾਂ ਦੀ ਸੋਚ ਲੈ ਕੇ ਆਉਂਦੇ, ਜਿਸ ਤਰ੍ਹਾਂ ਛਿੰਦਾ ਜੀ ਲੈ ਕੇ ਆਏ ਸੀ ਉਸ ਵੇਲੇ, ਉਹ ਇੰਨਾ ਮੇਰਾ ਖਿਆਲ ਮਕਬੂਲ ਹੋਇਆ, ਉਹ ਗੀਤ ਬਹੁਤ ਪਾਪੂਲਰ ਹੋਇਆ। ਔਰ ਉਸਨੇ ਹਾਂਜੀ ਹਾਂ ਉਹ ਜਿਹੜਾ ਤਿੰਨ ਦਰਿਆ ਮਤਲਬ ਇੱਕ ਉੱਧਰ ਦਾ ਇੱਕ ਇੱਧਰ ਦੇ ਦੋ ਇੱਧਰ ਦੇ ਉਹ ਇਕੱਠੇ ਕੀਤੇ ਸੀ, ਬਹੁਤ ਅੱਛਾ ਲੱਗਿਆ ਸੀ। ਜਸਟ ਫਾਈਨਲੀ ਗੁਰਦਾਸ ਮਾਨ ਜੀ, ਇਹ ਬ੍ਰੈਕਫਾਸਟ ਸ਼ੋਅ ਆ, ਅਸੀਂ ਅੱਜ ਸਾਨੂੰ ਪਤਾ ਲੱਗਿਆ ਕਾਨਫਰੰਸ ਦੇ ਵਿੱਚ ਕਿ ਤੁਸੀਂ ਖੀਰ ਤੇ ਜਲੇਬੀਆਂ ਬਹੁਤ ਲਾਇਕ ਹੈ, ਮੈਂ ਲਿਆਉਂਗੀ ਮੂੰਹ ਵਿੱਚ ਤਾਂ ਕੀਤਾ ਜੀ, ਮਤਲਬ ਬਹੁਤ ਛੋਟਾ ਜਲੇਬੀ ਸਮਝ। ਹਾਂਜੀ ਤੇ ਮੈਂ ਇਹ ਪੁੱਛਣਾ ਚਾਹੁੰਦੀ ਸੀ ਸਵੇਰ ਨੂੰ ਉੱਠ ਕੇ ਤੁਹਾਡਾ ਕੀ ਸਭ ਤੋਂ ਫੇਵਰੇਟ ਆ, ਆਲੂ ਵਾਲੇ ਪਰੌਂਠੇ, ਮੂਲੀਆਂ ਵਾਲੇ ਪਰੌਂਠੀਆਂ ਜਾਂ ਸਾਗ ਤੇ ਮੱਕੀ ਦੀ ਰੋਟੀ? ਮੈਂ ਪਰੌਂਠੇ ਬਹੁਤ ਖਾਧੇ ਨੇ ਜ਼ਿੰਦਗੀ ਦੇ ਵਿੱਚ, ਪਰ ਹੁਣ ਮੈਂ ਥੋੜ੍ਹਾ ਜਿਹਾ ਕੌਨਸ਼ੀਅਸ ਹੋ ਗਿਆ ਇਸ ਮਾਮਲੇ ਦੇ ਵਿੱਚ, ਕਿਉਂਕਿ ਪਰੌਂਠੇ ਕੋਈ ਜਿਹੜੀ ਹੁਣ ਜਿਸ ਤਰ੍ਹਾਂ ਦੀ ਐਜੂਕੇਸ਼ਨ ਬੰਦਾ ਹਾਸਲ ਕਰਦਾ ਜਾਂਦਾ ਉਸ ਦੇ ਮੁਤਾਬਕ ਟਲਦਾ ਜਾਂਦਾ, ਸੋਚਦਾ ਜਾਂਦਾ। ਹੈ ਨਾ, ਪਹਿਲਾਂ ਸੋਚਦੇ ਸੀ ਕਿ ਜਿਹੜਾ ਘਿਓ ਅਸੀਂ ਖਾਂਦੇ ਹਾਂ ਇਹਦੇ 'ਚ ਬਹੁਤ ਤਾਕਤ ਹੁੰਦੀ ਹੈ ਜੀ, ਹਾਂਜੀ, ਪਰ ਮੈਨੂੰ ਲੱਗਦਾ ਕਿ ਜਿਹੜਾ ਅਸੀਂ ਉਦੋਂ ਘਿਓ ਖਾਂਦੇ ਸੀਗੇ ਉਹ ਤਾਂ ਪੇਟ ਖਰਾਬ ਹੁੰਦਾ ਸੀ, ਕਿਉਂਕਿ ਫੈਟ ਨੂੰ ਹਜ਼ਮ ਕਰਨ 'ਤੇ ਬਹੁਤ ਟਾਈਮ ਲੱਗਦਾ। ਜੀ ਹਾਂਜੀ, ਸੋ ਇਸ ਕਰਕੇ ਹਲਕੀ ਫੁਲਕੀ ਚੀਜ਼ ਖਾਣੀ ਚਾਹੀਦੀ ਤਾਂ ਕਿ ਬੰਦਾ ਹਲਕਾ ਫੁਲਕਾ ਰਹੇ। ਸੋ ਤੁਸੀਂ ਫਿਰ ਫਲ ਖਾਂਦੇ? ਫਰੂਟ, ਫਰੂਟਸ ਵੀ ਮਤਲਬ ਖਾ ਲਈਦੇ ਹਾਂ ਥੋੜ੍ਹਾ, ਮਤਲਬ ਓਨਾ ਕੁ ਖਾਓ ਜਿੰਨਾ ਜ਼ਿੰਦਗੀ ਲਈ ਜ਼ਰੂਰੀ ਹੋਵੇ, ਉਸ ਤੋਂ ਵੱਧ ਨਹੀਂ ਖਾਣਾ ਚਾਹੀਦਾ ਤਾਂ ਕਿ ਸਰੀਰ ਦੇ ਉੱਤੇ ਬੋਝ ਨਾ ਪਵੇ। ਸਰੀਰ ਦੇ ਉੱਤੇ ਬੋਝ ਪੈ ਗਿਆ, ਮਨ ਦੇ ਉੱਤੇ ਬੋਝ ਪੈ ਗਿਆ, ਮਨ ਦੇ ਉੱਤੇ ਬੋਝ ਪੈ ਗਿਆ ਅਤੇ ਘਰ ਵਾਲਿਆਂ ਦੇ ਬੋਝ ਪੈ ਗਿਆ, ਖੁਰਾਕ ਉਸ ਤਰ੍ਹਾਂ ਦੀ ਖਾਓ ਜਿਹੜੀ ਤੰਦਰੁਸਤ ਰੱਖੇ, ਸਫੁਰਤ ਰੱਖੇ, ਸਫੁਰਤੀ ਵਾਲਾ ਹੋਵੇ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਸਾਨੂੰ ਅੱਜ ਜੁਆਇਨ ਕਰਨ ਲਈ ਐਂਡ ਬਹੁਤ ਖੁਸ਼ੀ ਹੋਈ ਕਿ ਤੁਸੀਂ UK ਦੇ ਵਿੱਚ ਆਏ ਹਾਂ, ਲੇਕਿਨ ਨੈਕਸਟ ਟਾਈਮ 2 ਸਾਲ ਨਾ ਛੱਡਿਓ। ਇੰਟਰਵਿਊ ਸਾਰਿਆਂ ਨੇ ਕੀਤੀ ਹੈ ਜੀ, ਪਰ ਇੰਟਰਵਿਊ ਦੇ ਵਿੱਚ ਇੱਕ ਪਲੱਸ ਪੁਆਇੰਟ ਜਿਹੜਾ ਹੈ ਕਿ ਤੁਸੀਂ ਮੈਨੂੰ ਸਵੀਟਸ ਪ੍ਰਦਾਨ ਕੀਤੀਆਂ, ਮੇਰੇ ਲਈ ਇਹ ਵੀ ਬਹੁਤ, ਮੈਂ ਇਹਨਾਂ ਦੇ ਵਿੱਚ ਜ਼ਰੂਰ ਖਾਊਂਗਾ ਪਰ ਇੱਕ ਅੱਧੀ ਖਾਊਂਗਾ। ਓਕੇ ਠੀਕ ਹੈ ਠੀਕ ਹੈ, ਇੱਕ ਇੱਕ ਦਿਨ ਕਰਕੇ ਖਾ, ਨਹੀਂ ਤਾਂ ਮਿੱਠਾ ਖਾ ਕੇ ਸ਼ੂਗਰ ਹੋ ਗਈ, ਖਾਣਾ ਪਿਆ ਕਰੇ, ਆਹੋ ਨਾਲੇ ਤੁਸੀਂ 7 ਟੋਰਸ ਕਰਦੇ ਨੇ, ਸੋ ਯੂ ਹੈਵ ਟੂ ਲੁੱਕ ਆਫਟਰ ਯੂਰ ਹੈਲਥ। ਨਹੀਂ ਬਹੁਤ ਖੂਬਸੂਰਤ ਬਾਤ ਹੈ, ਕਿਉਂਕਿ ਕਿਸੇ ਨੂੰ ਕਿਸੇ ਦੀ ਆਮਦ ਦੇ ਉੱਤੇ, ਕਿਸੇ ਨੂੰ ਖੁਸ਼ਾਮਦ ਦੇ ਉੱਤੇ ਤੁਸੀਂ ਕੋਈ ਸਵੀਟ ਸਵੀਟ ਪ੍ਰੈਜ਼ੈਂਟ ਕਰਦੇ ਹੋ ਤੇ ਬੰਦਾ ਖੁਸ਼ ਹੁੰਦਾ ਹੈ ਜੀ, ਇੱਕ ਕੁਦਰਤਨ ਹੈ ਜੀ। ਹਾਂਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਥੈਂਕ ਯੂ ਸੋ ਵੈਰੀ ਮੱਚ, ਸੱਚ ਅ ਪਲੇਜ਼ਰ ਹੈਵਿੰਗ ਗੁਰਦਾਸ ਮਾਨ ਜੀ ਹੇਅਰ ਔਨ ਬ੍ਰਿਟਏਸ਼ੀਆ ਟੀਵੀ। ਨਾਓ ਇਫ ਯੂ ਵੁੱਡ ਲਾਈਕ ਟੂ ਸੀ ਗੁਰਦਾਸ ਮਾਨ ਲਾਈਵ ਇਨ ਕਨਸਰਟ, ਦੈਨ ਯੂ ਨੀਡ ਟੂ ਆਨਸਰ ਦ ਫੋਲੋਇੰਗ ਕੁਐਸਚਨ ਐਂਡ ਈਮੇਲ ਯੋਰ ਆਨਸਰ ਟੂ info@britasia.tv. ਵਟ ਵਾਸ ਦ ਨੇਮ ਆਫ ਗੁਰਦਾਸ ਮਾਨ ਜੀਜ਼ ਲਾਸਟ ਐਲਬਮ? ਵਾਸ ਇਟ ਏ ਰੋਟੀ, ਬੀ ਪੰਜੀਰੀ, ਔਰ ਸੀ ਜੋਗਿਆ? ਈਮੇਲ ਯੋਰ ਆਨਸਰਸ ਟੂ info@britasia.tv. ਆਹ ਥੈਂਕ ਯੂ ਤੁਹਾਡਾ ਬਹੁਤ ਬਹੁਤ। ਮੇਰੇ ਪਿਆਰ ਦੇ ਤਾਰੇ ਗਵਾਂ ਨੇ, ਤੇਰੇ ਮੇਰੇ ਪਿਆਰ ਦੇ ਤਾਰੇ ਗਵਾਂ ਨੇ, ਤੇਰੇ ਮੇਰੇ ਪਿਆਰ ਦੇ ਤਾਰੇ ਗਵਾਂ, ਮੇਰੇ ਪਿਆਰ ਦੇ ਤਾਰੇ ਗਵਾਂ ਨੇ, ਤੇਰੇ ਮੇਰੇ ਪਿਆਰ ਦੇ ਤਾਰੇ ਗਵਾਂ ਨੇ।
बुझे हाँ सच रती झूठ है न छल है झूठ है न छल है डुबियां तीले दे सहारे गवाने डुबियां तीले दे सहारे गवाने चन दिया रातां दे मेरे प्यार दे तारे गवाने तेरे मेरे प्यार दे तारे गवाने चंगा होया जग ने तमाशा नहीं ओ वेखिया ਨਹੀਂ ਵੇਖਿਆ ਰੋਣਿਆਂ ਤੋਂ ਪਹਿਲਾਂ ਸਾਡਾ ਹਾਸਾ ਨਹੀਂ ਵੇਖਿਆ